ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਕੀ ਹਾਲ ਆ, ਕਾਇਮ ਆ ਜੀ? ਇਹ ਤਾਂ ਹੋਰ ਸੁਣਾਓ। ਇੱਕ ਅੱਜ ਭਰਾ ਬਹੁਤ ਜਾਣ ਦੇ ਮੈਸੇਜ ਆਉਂਦੇ ਸੀਗੇ ਅਤੇ ਵੀ ਬਾਈ ਵੀਡੀਓ ਦੇ ਵਿੱਚ ਵੀ ਤੁਸੀਂ ਜਿਹੜੀ ਅਮਰਨਾਥ ਨੱਤੀ ਵਾਲੀ ਝੋਟੀ ਹੈ ਉਹ ਵੀ ਦਿਖਾਓ, ਕਿਉਂਕਿ ਅੱਜ ਬਾਰਿਸ਼ ਪੈਂਦੀ ਸੀ। ਚੱਲ ਮੈਂ ਹੁਣ ਵਿਹਲੇ ਸੀਗੇ ਘੰਟਾ ਕੁ, ਅਤੇ ਮੈਂ ਕਿਹਾ ਚੱਲ ਉਹ ਕਰੀਏ ਬਾਈ, ਬਣਾ ਦਈਏ ਵੀਡੀਓ, ਸਾਰੇ ਭਰਾ ਦੇਖ ਲੈਣਗੇ। ਗੱਲ ਹੁੰਦੀ ਆ ਅਮਰਨਾਥੀ ਵਾਲੀ ਝੋਟੀ ਦੀ, ਜਿਹੜੀ ਅਮਰਨਾਥੀ ਵਾਲੀ ਝੋਟੀ ਆ ਬਾਈ, ਉਸ ਨੂੰ ਦੱਸਿਆ ਡਿਲੀਵਰੀ ਉਹਦੀ ਪਹਿਲਾਂ ਹੋ ਗਈ ਸੀਗੀ, 29 ਤਰੀਕ ਨੂੰ ਹੋਣੀ ਸੀ। ਅਤੇ ਜਿਵੇਂ ਆਮ ਮਾਝਾ ਦੇਖੋ, ਹਜੇ ਮਤਲਬ ਇਹਦੀ ਸੂਨ ਦੀ ਕੋਈ 22-23 ਜਣੀ, ਅਤੇ ਰਾਤ ਨੂੰ ਬੰਨ ਕਿਤੋਂ ਮਰਜ਼ੀ ਪ੍ਰੋਗਰਾਮ ਜਾਂਦਾ। ਅਤੇ ਬਾਕੀ ਬਾਈ ਆ ਜਾਓ ਫਿਰ ਦਿਖਾਉਣੇ ਆ ਤੁਹਾਨੂੰ ਇਹ ਮਨੱਤੀ ਵਾਲੀ ਝੋਟੀ, ਅਤੇ ਦੱਸਦੇ ਹਾਂ ਜਿੰਨੀ ਕੁ ਡਿਟੇਲ ਹੈਗੀ ਆ। ਇਹਨੇ 29 ਨੂੰ ਸੁਣਿਆ ਸੀਗਾ, ਸੂਬੀ ਸੀ 22 ਨੂੰ, ਇਹ ਤੜਕੇ ਜਦੋਂ ਮੀਂਹ ਆਇਆ ਦੁਬਾਰੇ, ਅਤੇ ਜਦੋਂ ਸੂਬੀ ਸੀ ਬਾਈ, ਉਸ ਤੋਂ ਬਾਅਦ ਝੋਟੀ ਚਲੋ ਐਂ ਸੀਗਾ, ਡਰ ਜਿਹਾ ਸੀਗਾ ਕੋਈ ਜ਼ੇਰ ਜ਼ੂਰ, ਤਾਂ ਜ਼ੇਰ ਜ਼ੂਰ ਵਧੀਆ ਪੈ ਗਈ। ਭਰਾ ਨੇ ਮੈਨੂੰ ਪਰਸਨਲੀ ਇੱਕ ਨੇ ਫੋਨ ਕੀਤਾ, ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਕਮੈਂਟ ਭਰਾਵਾਂ ਦੇ ਬਹੁਤ ਵਧੀਆ ਆਉਂਦੇ ਆ ਨਾ, ਗੱਲਬਾਤ ਹੁੰਦੀ ਆ, ਠੀਕ ਆ, ਬਹੁਤ ਵਧੀਆ ਲੱਗਦਾ, ਆਪਾਂ ਉਸ ਹਿਸਾਬ ਨਾਲ ਹੀ ਵੀਡੀਓ ਬਣਾਉਂਦੇ ਹਾਂ। ਬਾਕੀ ਤੁਸੀਂ ਪਿਆਰ ਦਿੰਦੇ ਆ ਬਾਈ, ਵੀਡੀਓ ਦੇਖੋ ਸ਼ੇਅਰ ਬਹੁਤ ਕੀਤੀਆਂ ਜਾਂਦੀਆਂ, ਅਤੇ ਉੱਥੋਂ ਹੌਂਸਲਾ ਵੀ ਮਿਲਦਾ ਆਪਣਾ ਹੁੰਦਾ ਵੀ ਭਰਾ ਚਾਹੁੰਦੇ ਆ ਯਾਰ ਆਪਾਂ ਵੀਡੀਓ ਬਣਾਈਏ। ਇਹ ਭਾਵ ਹੁਣ ਆਪਾਂ ਵੀਡੀਓ ਅੱਜ ਇਹਦੀ ਅਮਰਨਾਥੀ ਵਾਲੀ ਦੀ ਬਣਾਉਣੀ ਆ। ਇਹਨੇ 29 ਤਰੀਕ ਨੂੰ ਸੁਣਾ ਸੀ, 22 ਨੂੰ ਸੂਪੀ, 5:30 ਵਜੇ ਤੋਂ ਮੀਂਹ ਆਇਆ, ਉਦੋਂ ਅਸੀਂ ਅੰਦਰ ਲੈ ਗਏ, ਸੂਈ ਸੂਪੀ ਸੀ ਉਦੋਂ, ਸਮਝ ਲਾ ਕਹਿਣ ਦਾ ਭਾਵ, ਉਹਦੀ ਖੜੀ ਹੋ ਗਈ ਦੇਖ ਕੇ, ਅਤੇ ਬੱਚਾ ਮਗਰੀ ਪਿਆ ਸੀ, ਅਜੇ ਇੱਕ ਅੱਧਾ ਮਿੰਟ ਹੋਇਆ ਸੀ। ਅੰਦਰ ਲੈ ਗਏ ਅਤੇ ਝੋਟੀ ਸੈੱਟ ਹੈ, ਝੋਟੀ ਨੂੰ ਜ਼ੇਰ ਜ਼ੂਰ ਵੀ ਪੈ ਗਈ, ਵਧੀਆ ਖੋਇਆ, ਠੀਕ ਹੈ। ਚੱਲ ਜਿਹੋ ਜਿਹੇ ਇਹ 6-7 ਦਿਨ ਪਹਿਲਾਂ ਸੂਈ ਆ, ਤਾਂ ਜਿਹੜਾ ਕਟਰੂ ਹੈ ਥੋੜ੍ਹਾ ਜਿਹਾ ਕਮਜ਼ੋਰ ਸੀਗਾ, ਹੁਣ ਸੋਹਣਾ ਬਣ ਗਿਆ, ਕਿਉਂਕਿ ਦੁੱਧ ਤੋਂ ਵਧੀਆ ਛੱਡੀ ਦਾ ਬਾਈ, ਅਤੇ ਮਾਂ ਦੇ ਹਿਸਾਬ ਨਾਲ ਹੀ ਦੁੱਧ ਕਟਰੂ ਪਾਲਦੇ। ਹੁਣ ਝੋਟੀ ਵੀ ਤੁਹਾਨੂੰ ਖੜੀ ਕਰਕੇ ਦਿਖਾਵਾਂ, ਚੱਲ 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 ਇਹਨਾਂ ਮੈਂ ਤੁਹਾਡਾ ਡਰਦੰਗਾ ਡਰਦੂੰਗਾ ਨਹੀਂ, ਕਿਉਂਕਿ ਆਪਾਂ ਡਰਾਈ ਨਹੀਂ ਕਿਤੇ। ਹੁਣ ਮੀਂਹ ਪਈ ਜਾਂਦਾ ਬਾਈ, 1:13-14 ਹੋਏ ਆ ਹੁਣ, ਠੀਕ ਹੈ ਜੀ, ਤੜਕੇ ਦੀ ਲੱਗੀ ਵੇ ਝੜੀ ਦਾ, ਮਤਲਬ ਦੁਪਹਿਰ ਦਾ ਟਾਈਮ ਆ ਜੀ, 6 ਤੋਂ 6 ਚੋਣੇ ਹੁੰਦੇ ਆ ਹੁਣ। ਆਰਡਰ ਦੇਖ ਲਓ, ਕੰਪੈਟੀ ਦੇ ਹਿਸਾਬ ਨਾਲ ਲੱਗਦਾ ਵੀ ਬਹੁਤ ਜ਼ਿਆਦਾ ਵਧੀਆ, ਮਤਲਬ ਦੇ ਦੁੱਧ ਦੇਣਾ ਝੋਟੀ ਨੇ। ਦੇਖੋ ਮੂਹਰੇ ਵੀ ਦੇਖੋ ਆਰਡਰ ਕਿੱਥੋਂ ਡਿੱਗ ਜਾਂਦਾ, ਕੋਈ ਜਿਵੇਂ ਪਹਿਲਾਂ ਨਹੀਂ ਸੀ, ਭਰੂਣ ਕੁਛ ਨਹੀਂ, ਇਹਦੇ ਆਈ ਮਾੜਾ ਮਾੜਾ ਡਰ ਸੀਗਾ ਪਹਿਲਾਂ, ਨਹੀਂ ਕੁਛ ਨਹੀਂ ਆਇਆ, ਵਧੀਆ ਸੈਟ ਮੈਂ ਰੱਖਿਆ ਨੇ, ਦੁੱਧ ਵਧੀਆ ਦਿੱਤਾ। ਹੁਣ ਬਾਈ ਜੀ ਉਸ ਹਿਸਾਬ ਨਾਲ ਦੇਖ ਲਓ, ਅੱਜ 3 ਤਰੀਕ ਹੋ ਗਈ, 22 ਦੀ ਸੂਈ ਵੀ ਹੈ, 31 ਦਾ ਮਹੀਨਾ ਸੀਗਾ, ਠੀਕ ਹੈ ਜੀ, ਅੱਜ 12-13 ਦਿਨ ਹੋ ਗਏ ਇਹਨੂੰ ਸੂਈ ਨੂੰ। ਜਿਹੜੀ ਹੁਣ ਡਾਇਟ ਹੈ ਇਹਦੀ, ਇਹਦੀ ਡਾਇਟ ਵੀ ਸੁਣ ਲਓ, ਚੱਲ ਚਦਰ ਚੱਲ ਜਾ ਇਹਦੀ। ਹੁਣ ਆਪਾਂ ਗੱਲ ਕਰਦੇ ਹਾਂ ਡੈਡ ਦੀ, ਇਹ ਝੋਟੀ ਸੂਪੀ ਜੀ, ਤੁਹਾਨੂੰ ਪਤਾ ਉਮਰ ਦੀ ਵੀ ਛੋਟੀ ਹੈ ਅਤੇ ਬੇਤੀ ਨਹੀਂ ਹਜੇ, ਪਰ ਉਸ ਹਿਸਾਬ ਨਾਲ ਦੁੱਧ ਬਹੁਤ ਜ਼ਿਆਦਾ ਵਧੀਆ, ਵੀ ਕੋਸ਼ਿਸ਼ ਐਂ ਕਰਾਂਗੇ, ਬਸ ਥੋੜ੍ਹੇ ਦਿਨਾਂ ਨੂੰ ਜਿੱਦੇ ਖਾਣ ਪੀਣ ਲਾ ਤੀ ਉਹਦੇ, ਕੋਸ਼ਿਸ਼ ਇਹੀ ਕਰਾਂਗੇ ਵੀ ਜਿਹੜਾ ਦੁੱਧ ਹੈ ਨਾ ਵੀ ਇਹ ਵੱਧ ਦੇਵੇ, ਅਤੇ ਆਪਾਂ ਚਵਾਵਾਂਗੇ ਲਾਜ਼ਮੀ ਪਾਉਂਦੀ ਘੱਟ ਹੋਇਆ, ਫਿਰ ਸਾਨੂੰ ਦੱਸ ਦਾਂਗੇ ਵੀ ਬਾਈ ਇੰਨੇ ਕੁ ਦੁੱਧ ਆ, ਪਰ ਉਮੀਦ ਬਹੁਤ ਜ਼ਬਰਦਸਤ ਹੈ। ਹੁਣ ਜੇ ਆਪਾਂ ਖਾਣ ਦੀ ਗੱਲ ਕਰੀਏ ਵੀ ਇਹਨਾਂ ਨੇ ਵੀ ਖਾਣਾ ਪੀਣਾ ਕੀ ਆ, ਹੈ ਨਾ, ਅਤੇ ਉਸ ਹਿਸਾਬ ਨਾਲ ਇਹਦਾ ਜਿਹੜਾ ਖਾਣਾ ਪਾਣੀ ਆ, ਜਿਵੇਂ ਝੋਟੀ ਸੂਗੀ ਸੂਣ ਤੋਂ ਬਾਅਦ ਇਹ 4-5 ਦਿਨ ਕੁਛ ਨਹੀਂ ਪਾਇਆ ਬਾਈ, ਕੁਛ ਵੀ ਨਹੀਂ ਪਾਇਆ 4-5 ਦਿਨ। ਉਦੋਂ ਬਾਅਦ ਕੀ ਹੋਇਆ, ਫਿਰ ਬਸ ਮਤਲਬ ਜਦੋਂ 4-5 ਦਿਨ ਹੋ ਗਏ, ਉਦੋਂ ਬਾਅਦ ਇਕੱਲੀ ਬੜੇਮਿਆਂ ਦੀ ਖਲ ਲਿਆਉਂਦੀ ਸੀ, ਉਹ ਭਿਉਂ ਕੇ ਕਿਲੋ ਕਿਲੋ ਕੁ ਪਾ ਦੇਈਦੀ ਆ, ਅਤੇ ਨਾਲ ਆਪਣੇ ਕੋਲ ਨਾ ਗਾਂ ਵਾਸਤੇ ਗੱਟਾ ਲਿਆਂਦਾ ਵਾ ਸੀ ਫੀਡ ਦਾ, ਉਹ ਜਿਵੇਂ ਕਹਿੰਦੇ ਵੀ ਚੱਲ ਮਗਰੋਂ ਵੀ ਪਾ ਸਕਦੇ ਹਾਂ, ਅਤੇ ਮਗਰੋਂ ਵਿੱਚ ਮੈਂ ਭੁੱਖ ਦਿੰਦਾ ਉਹ ਬੁੱਕ ਦੋ ਬੁੱਕ, ਮਤਲਬ 1.25 ਕਿਲੋ ਮਤਲਬ ਫੀਡ ਪਸ਼ੂਆਂ ਵਾਲੀ, ਗਾਂ ਵਾਲੀ ਜਾਂ ਸੂਣ ਵਾਲੀ ਮੱਝਾਂ ਵਾਲੀ ਪਾ ਦੇਣਾ, ਹਜੇ ਮਤਲਬ ਉਹਨੂੰ ਖੁਰਾਕ ਚਲਾਈ ਨਹੀਂ ਹਜੇ। ਹੁਣ ਮੇਰੇ ਇਰਾਦੇ ਆ ਵੀ ਅੱਜ ਸਵੇਰ ਦੇ ਵਿੱਚ ਉਹਨੂੰ ਖੁਰਾਕ ਮੇਰਾ ਜਿਹੜਾ ਦਾਣਾ ਗਾ ਉਹ ਵੀ ਪਾਉਣ ਲੱਗੀ ਹੈ, ਪਰ ਅੱਜ ਤੱਕ ਦਾਣਾ ਨਹੀਂ ਹਜੇ ਕੁਛ ਵੀ ਦਿਖਾਇਆ, ਜਿਹੜੀ ਚੀਜ਼ ਦੱਸੀ ਉਹੀ ਹੈ,
ਇਦੋਂ ਵਿਟਾਮਿਨ ਜਦੋਂ ਸੂ ਪਾਉਂਦੀਆਂ ਮੈਂ ਤਾਂ ਬੰਦ ਬੁੰਦ ਕਰ ਦੇਣਾ ਬਈ, ਖਰਚਾ ਬਹੁਤ ਪੈ ਜਾਂਦਾ ਹੈ ਨਾ, ਇਹ ਚੱਕਰ ਹੈ। ਮੈਂ ਕਿਹਾ ਚਲੋ ਭਰਾਵਾਂ ਨਾਲ ਗੱਲਬਾਤ ਵੀ ਸਾਂਝੀ ਕਰਦੇ ਹਾਂ, ਤੁਹਾਨੂੰ ਮੌਕੇ 'ਤੇ ਵੀ ਵੀਡੀਓ ਦਿਖਾ ਦਾਂਗੇ। ਕਿਲੋ ਕੁ ਇੱਕ ਵਾਰੀ ਮਤਲਬ ਜੇ ਧੋਲ ਕੇ ਪਾਉਣੇ ਆ, ਕਿਲੋ ਕੁ ਖਲ ਪਾਉਣੇ ਆ ਦੋਨੇ ਟਾਈਮ, ਕਿਲੋ ਕਿਲੋ 2 ਕਿਲੋ ਹੋ ਗਈ। ਬਾਕੀ ਜਿਹੜੀ ਕਾਰਗਲ ਦੀ ਫੀਡ ਹੈ, ਜਿਵੇਂ ਗਾਂਗਾਂ ਵਾਸਤੇ ਜਾਂਦੇ ਸੂਣ ਤੋਂ ਕਹਿੰਦੇ ਪਹਿਲਾਂ ਮਹੀਨਾ ਪਹਿਲਾਂ ਉਹ ਕਰ ਲਓ, ਬਸ ਉਹਦੇ ਵਿੱਚੋਂ ਪਾ ਦੇ ਜਾਂ ਕਿਲੋ ਪੈ ਜਾਂਦੇ, 1.25 ਕਿਲੋ 1.25 ਕਿਲੋ ਉਹ ਬਸ ਉਹਨੂੰ ਸੀਰੀ ਨਾਲ ਖਾ ਵੀ ਆਹ ਡੰਗ ਡੌਂਗਾ ਤੱਕ ਜੀ ਨਾ ਭਰ ਲਿਆ ਕਰ, ਉਹ ਤੇਜ਼ਾ ਪਾ ਆਉਂਦਾ। ਅਤੇ ਜਦੋਂ ਹੁਣ ਖੁਰਾਕ ਚਲਾਤੀ, ਉਮੀਦ ਆ ਵੀ ਬਹੁਤ ਜ਼ਬਰਦਸਤ ਰਿਜ਼ਲਟ ਆਉਣਾ ਚਾਹੀਦਾ ਇਹ ਝੋਟੀ ਦਾ। ਅਤੇ ਬਾਕੀ ਆਸ ਕਰਦੇ ਹੁੰਦੇ, ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਵੀ ਤਾਂ ਝੋਟਾ ਆਪਾਂ ਵਧੀਆ ਕਰਦੇ ਹਾਂ। ਰਿਜਨਲ ਸੀਮਨ ਸੀ 2017 ਲਿਆਂਦਾ ਵਾ ਸੀਗਾ, ਠੀਕ ਆ ਜੀ, ਜਮ੍ਹਾਂ ਯੂਨੀਵਰਸਿਟੀ 100 ਰੁਪਏ ਦਿੱਤਾ ਸੀ CRV ਦੇ ਵਿੱਚ, ਅਤੇ ਬਿੱਲ ਕੱਟ ਕੇ ਤੇ 10 ਸੀਮਨ ਤੋਂ ਵੱਧ ਨਹੀਂ ਮਿਲੇ ਸੀਗੇ। ਅਤੇ ਜਿਹੜੀ ਇਹਦੀ ਮਾਂ ਸੀ, ਇਹਦੀ ਮਾਂ ਨੇ ਵੀ ਬਹੁਤ ਚੰਗਾ ਦੁੱਧ ਕੱਢਿਆ, 24 ਲੀਟਰ ਉੱਤੇ ਉੱਤੇ ਦੁੱਧ ਹੁੰਦਾ ਸੀ ਇਹਦੀ ਮਾਂ ਦਾ ਹਰ ਇੱਕ ਮੇਲੇ 'ਤੇ। ਆਹ ਮੇਲੇ ਗਏ ਤਾਂ ਫਤਿਹਗੜ੍ਹ ਸਾਹਿਬ ਮੇਲੇ 'ਤੇ, ਚਲ ਇਹਨੂੰ ਝੁੱਟਾਂ ਦੇ, ਮੈਂ ਤੁਹਾਡਾ ਦਰਦ ਦੁਕਾਨ ਦੇਖੋ ਲੈ। ਉਮੀਦ ਕਰਦੇ ਹਾਂ ਬਈ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ, ਜਿਹੜੀਆਂ ਗੱਲਾਂ ਬਾਤਾਂ ਉਹ ਵੀ ਵਧੀਆ ਹੋਈਆਂ ਹੋਣ। ਸਾਰੀ ਗੱਲ ਹੈ ਨਾ, ਸਭ ਤੋਂ ਵਧੀਆ ਹੁੰਦਾ ਵੀ ਪਸ਼ੂ ਸੂਪੇ ਜਦੋਂ ਜੇਰ ਜੂਰ ਦੀ ਪ੍ਰੋਬਲਮ ਨਾ ਪਵੇ, ਹੋਰ ਨਾ ਪਵੇ, ਅਤੇ ਉਸ ਤੋਂ ਬਾਅਦ ਕੋਈ ਟੈਨਸ਼ਨ ਨਹੀਂ ਹੁੰਦੀ। ਬਸ ਇਹ ਡਾਇਟ ਆ ਜਿਹੜੀ ਤੁਸੀਂ ਐਂ ਦਿਆ ਕਰੋ। ਹੁਣ ਜਿਵੇਂ ਭਰਾ ਦਾ ਫੋਨ ਆਇਆ, ਕਹਿੰਦਾ 3 ਦਿਨ ਹੋ ਗਏ ਬਾਈ, ਆਹ 2 ਦਿਨ ਤਾਂ ਪੂਰੀ ਫੁੱਲ ਖੁਰਾਕ ਖਾਧੀ, ਹੁਣ ਖਾਧੀ ਨਹੀਂ, ਐਂ ਨਹੀਂ ਦੁੱਧ ਚੜ੍ਹਦੀਆਂ ਹੁੰਦੀਆਂ। ਜਿਹੜੀ ਖੁਰਾਕ ਆ ਨਾ ਉਹ ਥੋੜ੍ਹਾ ਟਾਈਮ ਪਾ ਕੇ ਦੇਣ ਲੱਗੋ, 12-13 ਦਿਨਾਂ ਤੋਂ ਸਟਾਰਟ ਕਰੋ। ਹੁਣ ਇਦੋਂ ਬਾਅਦ ਇਕੱਲਾ ਮਤਲਬ ਜਿਵੇਂ ਦਾਣਾ ਥੋੜ੍ਹਾ ਥੋੜ੍ਹਾ ਬੁੱਕ ਬੁੱਕ ਪਾ ਦਿਆ ਕਰਾਂਗੇ ਉੱਤੇ, ਜਦੋਂ ਖਲ ਖਾ ਲਈ। ਅਤੇ ਇਦੋਂ ਬਾਅਦ ਕਾਰਗਲ ਲਈ ਤਾਂ ਬੰਦ ਕਰਨੀ ਉਹ ਤਾਂ ਜਦੋਂ ਸੂਣ ਵਾਲੀ ਮੱਝ ਵਾਸਤੇ ਜੀ। ਇਦੋਂ ਬਾਅਦ ਉੱਤੇ ਇਹਨਾਂ ਦੀ ਘਰ ਦੀ ਜਿਹੜੀ ਮੱਝਾਂ ਨੂੰ ਦੁੱਧ ਵਾਲਿਆਂ ਦੀ ਫੀਡ ਬਣਾ ਕੇ ਲਿਆਉਣੇ, ਆਪਾਂ ਉਹ ਪਾ ਦਿਆ ਕਰਾਂਗੇ। ਫਿਰ ਕਿਲੋ, ਫਿਰ 2 ਕਿਲੋ, ਫਿਰ ਜਿੰਨਾ ਕੁ ਦੁੱਧ ਦਿੰਦੀ ਹੈ, ਜੇ ਮੰਨ ਲਾ 15-16 ਲੀਟਰ 15 ਲੀਟਰ ਦੁੱਧ ਦਿੰਦੀ ਹੈ, ਤਾਂ ਘੱਟੋ ਘੱਟ ਹੀ ਵਾਲੀ ਤੂੰ ਦੇਖ ਲਓ ਵੀ ਇੱਕ ਟਾਈਮ ਦੀ ਇਹਨੂੰ 4 ਕਿਲੋ ਫੀਡ ਜ਼ਰੂਰੀ ਹੈ। ਫਿਰ ਉਦੋਂ ਘਰ ਵਾਲੀ ਫੀਡ ਲਾ ਦਾਂਗੇ ਇਹਨੂੰ, ਜਦੋਂ ਮਤਲਬ ਚਵਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਫੁੱਲ ਬਾਈ। ਠੀਕ ਆ ਜੀ ਬਾਈ, ਧੰਨਵਾਦ। ਬਸ ਇਹ ਵੀਡੀਓ ਅੱਜ ਤੁਹਾਡਾ ਕਰਕੇ ਬਣਾਈ ਹੈ। ਜਿਹੜੇ ਭਰਾ ਕਹਿੰਦੇ ਸੀ ਵੀ ਅਮਨਤੀ ਵਾਲੀ ਸੂਪ ਅਤੇ ਦਿੱਤਾ ਇਹਨੇ ਕੱਟਾ ਗਾ ਬਾਈ, ਸਮਰਾਟ ਦਾ ਕੱਟਾ, ਬੱਚਾ ਬਹੁਤ ਸੋਹਣਾ, ਅਤੇ ਬਾਕੀ ਝੋਟੀ ਦਾ ਰਿਜ਼ਲਟ ਵੀ ਬਹੁਤ ਚੰਗਾ ਹੋਊਗਾ, ਲੈਣ ਬਲੱਡ ਲੈਣ ਬਹੁਤ ਚੰਗੀ ਹੈ, ਅਤੇ ਕੱਟਰੂ ਵੀ ਬਹੁਤ ਸੋਹਣਾ ਇਹਦੇ ਮਗਰ ਕੱਟਾ ਜਿਹੜਾ। ਬਾਕੀ ਦੇਖਦੇ ਹਾਂ ਵੀ ਕਿਵੇਂ ਬਣਦਾ, ਉਮੀਦਾਂ ਬਹੁਤ ਚੰਗੀਆਂ। ਠੀਕ ਹੈ ਜੀ ਬਾਈ, ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਦਾ, ਕਰ ਦਿਓ ਦੱਬ ਕੇ ਸ਼ੇਅਰ ਬਾਈ।